ਅਸੀਂ 26 ਤਰੀਕ ਨੂੰ ਇਸੇ ਬਰਨਾਲੇ ਦੀ ਦਾਣੇ ਦੀ ਜਿਹੜੀ ਮੰਡੀ ਹੈ ਸਾਈਡਾਂ ਥੱਲੇ ਅੱਡੋ ਅੱਡੀ ਤਬਕਿਆਂ ਦੀਆਂ ਜਿਹੜੀਆਂ ਜਥੇਬੰਦੀਆਂ ਲਗਭਗ 20 ਉਹਨਾਂ ਦਾ ਇਕੱਠ ਰੱਖਿਆ ਹੋਇਆ। ਉਹਦੀਆਂ ਤਿਆਰੀਆਂ ਪਹਿਲਾਂ ਸਾਡੀਆਂ ਪਹਿਲਾਂ ਵੀ ਜ਼ੋਰਦਾਰ ਚੱਲ ਰਹੀਆਂ, ਅੱਡੋ ਅੱਡੀ ਜ਼ਿਲ੍ਹਿਆਂ ਦੇ ਵਿੱਚ ਵਧਵੀਆਂ ਮੀਟਿੰਗਾਂ ਹੋ ਗਈਆਂ। 17 ਤਰੀਕ ਨੂੰ ਅਸੀਂ ਏਸ਼ੀਆ ਸਾਈਡ ਥੱਲੇ ਔਰਤਾਂ ਦੀ ਵਧਵੀਂ ਮੀਟਿੰਗ ਸੱਦੀ ਹੈ, ਉਹ ਮੀਟਿੰਗ ਕੀਤੀ ਹੈ। ਅੱਜ ਪੂਰੇ ਪੰਜਾਬ ਦੇ ਪਿੰਡ ਇਕਾਈਆਂ ਤੱਕ ਦੇ ਜਿਹੜੇ ਸਾਡੇ ਵਰਕਰ ਹੈ ਉਹ ਉੱਥੇ ਸੱਦੇ ਹੋਏ ਹੈ, ਕਿਉਂਕਿ ਜਿਹੜਾ ਚੋਣਾਂ ਦਾ ਮੌਸਮ ਚੱਲ ਰਿਹਾ ਹੈ, ਚੋਣਾਂ ਦੇ ਵਿੱਚ ਅਸੀਂ ਲੋਕਾਂ ਨੂੰ ਇਹ ਗੱਲ ਦੱਸਣਾ ਚਾਹੁੰਦੇ ਹਾਂ ਕਿ ਭਾਵੇਂ 75 ਸਾਲ ਹੋ ਗਏ ਤੁਹਾਨੂੰ ਵੋਟਾਂ ਪਾਉਂਦਿਆਂ ਨੂੰ, 75 ਸਾਲ ਦੇ ਵਿੱਚ ਜਿੰਨੇ ਵੀ ਵਿਧਾਨ ਸਭਾ ਵਿੱਚ ਪਾਰਲੀਮੈਂਟਾਂ 'ਚ ਜਿੰਨੇ ਵੀ ਉਹਨਾਂ ਨੇ ਫੈਸਲੇ ਕੀਤੇ ਹੈ, ਟੋਟਲ ਫੈਸਲੇ ਸਾਡੇ ਲੋਕਾਂ ਦੇ ਉਲਟ ਹੈ। ਇਸ ਕਰਕੇ ਇਹ ਸੰਸਥਾ ਸਾਡੇ ਲੋਕਾਂ ਦੀਆਂ ਨਹੀਂ, ਇਹਦੇ ਬਾਵਜੂਦ ਜਿਹੜੇ ਅਸੀਂ ਵੋਟਾਂ ਪਾ ਰਹੇ ਹਾਂ ਇਹ ਵੋਟਾਂ ਸਾਡਾ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਕਰਦੀਆਂ। ਦੋ ਤਰਫਾਂ ਤੋਂ ਨੁਕਸਾਨ ਹੁੰਦਾ ਕਿ ਲੋਕਾਂ ਨੂੰ ਧਰਮਾਂ ਦੇ ਆਧਾਰ 'ਤੇ, ਜਾਤਾਂ ਦੇ ਆਧਾਰ 'ਤੇ, ਇਲਾਕਿਆਂ ਦੇ ਆਧਾਰ 'ਤੇ ਲੜਾਇਆ ਜਾਂਦਾ ਹੈ, ਜਿਵੇਂ ਹੁਣ ਕਿਸਾਨਾਂ ਅਤੇ ਮਜ਼ਦੂਰਾਂ ਦੇ ਵਿੱਚ ਪਾੜਾ ਪਾਉਣ ਦਾ ਕੋਸ਼ਿਸ਼ ਕੀਤੀ ਹੈ। ਪਰ ਇਹਦੇ ਨਾਲ ਹੀ ਜਿਹੜੇ ਹਾਕਮ ਹੈ, ਜਿਹੜੇ ਚੋਣਾਂ ਲੜਦੇ ਹੈ, ਉਹ ਆਪਦਾ ਮਸਲਾ ਹੱਲ ਕਰਦੇ ਹੈ ਕਿ ਕੁਰਸੀ 'ਤੇ ਕੌਣ ਜਾਵੇ। ਆਪ ਤਾਂ ਉਹਨਾਂ ਤੋਂ ਫੈਸਲਾ ਨਹੀਂ ਹੁੰਦਾ ਵੀ ਇਹ ਫੈਸਲਾ ਆਪਾਂ ਲੋਕਾਂ ਤੋਂ ਕਰਾ ਲਓ, ਅਤੇ ਲੋਕਾਂ ਤੋਂ ਜਿਹਨੂੰ ਵੋਟਾਂ ਵੱਧ ਮਿਲ ਜਾਂਦੀਆਂ ਉਹ ਰਾਜਾ ਬਣ ਕੇ ਬੈਠਦਾ ਅਤੇ ਲੋਕਾਂ ਦੇ ਉਲਟ ਫੈਸਲੇ ਕਰਦਾ। ਫੈਸਲੇ ਜਿਹੜਾ ਸਾਮਰਾਜੀ ਮੁਲਕ ਹੈ ਉਹਨਾਂ ਦੀਆਂ ਸੰਸਥਾਵਾਂ ਹੈ, ਸੰਸਾਰ ਵਪਾਰ ਜਥੇਬੰਦੀ ਬਣੀ ਹੈ, WTO ਹੈ, ਉਹਨਾਂ ਦੇ ਜਿਹੜੀਆਂ ਨੀਤੀਆਂ ਹੈਗੀਆਂ ਉਹ ਨੀਤੀਆਂ ਨੂੰ ਹੂਬਹੂ ਲਾਗੂ ਕਰਦੇ ਹੈ। ਪਹਿਲਾਂ ਕਾਂਗਰਸ ਵੀ ਨੇ ਲਿਆਂਦੀਆਂ, ਉਹਨੇ ਲਾਗੂ ਕੀਤੀਆਂ, ਮੋਦੀ ਨੇ ਇਹਦੇ 'ਚ ਬਹੁਤ ਜ਼ਿਆਦਾ ਤੇਜ਼ੀ ਲਿਆਂਦੀ ਹੈ। ਇਹਦੇ ਨਾਲ ਹੀ ਲੋਕਾਂ ਨੂੰ ਧਰਮ ਦੇ ਆਧਾਰ 'ਤੇ ਪਾੜਨ ਖਾਤਰ ਹਿੰਦੂ ਰਾਸ਼ਟਰ ਬਣਾਉਣ ਦਾ ਜਿਹੜਾ ਪੱਤਾ ਉਹਨਾਂ ਨੇ ਲਿਆ ਹੋਇਆ ਬਹੁਤ ਜ਼ੋਰਦਾਰ ਢੰਗ ਨਾਲ, ਉਹਨੇ ਬਹੁਤ ਤੰਤ ਲਾਇਆ ਇਸ ਗੱਲ 'ਤੇ। ਉਹ ਇਸ ਕਰਕੇ ਅਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਵੀ ਵੋਟਾਂ ਨਾਲ ਭਾਈ ਕੁਛ ਨਹੀਂ ਨਿਕਲਣਾ, ਤੁਹਾਡਾ ਜੇ ਕੁਛ ਬਣਨਾ ਤਾਂ ਸੰਘਰਸ਼ ਥਾਣਾ ਬਣਨਾ, ਜਿਵੇਂ ਦਿੱਲੀ ਦੇ ਘੋਲ 'ਚ ਆਪਾਂ ਬਣਾਇਆ ਉਹੀ ਰਾਹ ਬਣਦਾ ਹੈ। ਇਹਦੇ ਨਾਲ ਹੀ ਅਸੀਂ ਲੋਕਾਂ ਨੂੰ ਇਹ ਗੱਲ ਸਮਝਾਉਣੀ ਚਾਹੁੰਦੇ ਹਾਂ ਕਿ ਜਦੋਂ ਪੰਜਾਬ 'ਚ 9 ਸਾਲ ਗਵਰਨਰ ਹੀ ਰਾਜ ਰਿਹਾ, ਉਹ ਤਾਂ ਫਿਰ ਕੋਈ ਵੋਟਾਂ ਵਾਲੀ ਸਰਕਾਰ ਨਹੀਂ ਸੀ, ਉਦੋਂ ਰਾਜ ਕਿਉਂ ਚੱਲਿਆ? ਅਸਲ ਅਸੀਂ ਲੋਕਾਂ ਨੂੰ ਦੱਸਣਾ ਕਿ ਇਹ ਤਾਂ ਉੱਤੇ ਮਲੰਮ ਹੈ, ਅਸਲ ਤਾਂ ਸਰਕਾਰ ਜਿਹੜੀ ਪੱਕੀ ਹੈ, ਜਿਹੜੀਆਂ ਤੁਹਾਡੀਆਂ ਵੋਟਾਂ ਨਾਲ ਨਹੀਂ ਬਦਲਦੀ, ਪੁਲਿਸ ਹੈ, ਫੌਜ ਹੈ, ਕੋਰਟ ਹੈ, ਕਚਹਿਰੀਆਂ ਹੈ, ਅਫਸਰਸ਼ਾਹੀ ਹੈ, ਇਹ ਇਹਨਾਂ ਨੂੰ ਕੌਣ ਪੁੱਛਦਾ ਹੈ? ਇਹਨਾਂ ਨੇ ਕਿਤੇ ਵੋਟਾਂ ਪੈਂਦੀਆਂ, ਲੋਕ ਵੋਟਾਂ ਚੁਣਦੇ ਆ ਇਹਨਾਂ ਨੂੰ, ਇਹ ਲੋਕਾਂ ਨੂੰ ਕੋਈ ਜਵਾਬ ਦੇ ਹੈ? ਅਸਲ ਜਿਹੜੀ ਸਾਰਾ ਪ੍ਰਬੰਧ ਚੱਲ ਰਿਹਾ, ਜਿਹਨੂੰ ਅਸੀਂ ਕਹਿੰਦੇ ਬਹੁਤ ਮਾੜਾ ਲੋਕਾਂ ਦੇ ਫੈਸਲੇ ਦੇਖਣ ਪੱਖੋਂ, ਇਹ ਪ੍ਰਬੰਧ ਪੱਕੇ ਤੌਰ 'ਤੇ ਚੱਲ ਰਿਹਾ। ਇਸ ਕਰਕੇ ਅਸੀਂ ਲੋਕਾਂ ਨੂੰ ਕਹਿੰਦੇ ਤਕੜੇ ਹੋਈਏ, ਆਓ ਪ੍ਰਬੰਧ ਨੂੰ ਘੇਰਨ ਲੱਗੀਏ ਵੀ ਤੁਸੀਂ ਆਹ ਕੀ ਕਰਨ ਲੱਗੇ ਹੋ। ਇਹ ਅਸੀਂ ਸੁਨੇਹਾ ਦੇਣਾ ਚੋਣਾਂ 'ਚ ਲੋਕਾਂ ਨੂੰ ਕਿ ਤੁਹਾਡਾ ਇੱਕ ਤੇ ਸਵਾਗ ਬਿਨਾਂ ਤੁਹਾਡਾ ਕੁਛ ਨਹੀਂ ਵੱਟਿਆ ਜਾਣਾ। ਅੱਜ ਦੀ ਜਿਹੜੀ ਮੀਟਿੰਗ ਰੱਖੀ ਆ, ਅਸੀਂ ਪੂਰੇ ਪੰਜਾਬ ਦੀ ਜ਼ਿਲ੍ਹਾ ਕਮੇਟੀਆਂ ਦੀ ਵਧੀ ਮੀਟਿੰਗ ਰੱਖੀ ਹੈ, ਇਹ 26 ਵਾਲੇ ਪ੍ਰੋਗਰਾਮ ਦੇ ਬਾਰੇ ਦੀ ਰਿਪੋਰਟ ਲੈਣ ਵਾਸਤੇ, ਉਹਦੀ ਤਿਆਰੀ ਵਾਸਤੇ ਰੱਖੀ ਹੈ। 26 ਦਾ ਪ੍ਰੋਗਰਾਮ ਜਿਹੜਾ ਅਸੀਂ ਤਬਕਿਆਂ ਦੇ ਜਥੇਬੰਦੀਆਂ ਨਾਲ ਸਾਂਝਾ ਕਰ ਰਹੇ ਹਾਂ, ਲੋਕ ਸੰਗਰਾਮ ਰੈਲੀ ਕਰ ਰਹੇ ਹਾਂ ਬਹੁਤ ਵੱਡੀ ਚੋਣਾਂ ਦੌਰਾਨ, ਉਹਦੇ ਵਿੱਚ ਰਿਪੋਰਟ ਲੈਣੀ ਹੈ ਅਤੇ ਅੱਗੇ ਇਹਦੇ ਵਿੱਚ ਹੋਰ, ਕਿਉਂਕਿ ਅਸੀਂ ਜਿਹੜੇ ਪਿਛਲੇ ਦਿਨਾਂ ਦੇ ਵਿੱਚ BJP ਦੇ ਆਗੂਆਂ ਦਾ ਘਿਰਾਓ ਹੈ, ਉੱਧਰ ਸਾਡੀ ਜਨਤਾ ਦਾ ਬਹੁਤ ਜ਼ੋਰ ਲੱਗਿਆ ਹੋਇਆ, ਲਗਾਤਾਰ ਉੱਧਰ ਨੂੰ ਪਏ ਹੋਏ ਨੇ। ਅੱਜ ਵੀ ਯਾਨੀ ਕਈ ਪਿੰਡਾਂ ਦੇ ਵਿੱਚ ਉਹਨਾਂ ਦੇ ਆਗੂਆਂ ਦਾ ਦੌਰ ਹੈ, ਇਸ ਕਰਕੇ ਉਹਨਾਂ ਦੇ ਘਰੋਂ ਵੀ ਜਾਰੀ ਨੇ। ਅਸੀਂ ਇਹ ਸਮਝ ਲਿਆ ਵੀ ਜੇ ਤੁਸੀਂ ਉਹ ਘਰਾਵਾਂ ਦੇ ਵਿੱਚ ਉਲਦੇ ਰਹੇ, 26 ਦੀ ਜਿਹੜੀ ਤਿਆਰੀ ਹੈ ਮੀਟਿੰਗਾਂ ਕਰਾਉਣ ਦਾ ਕੰਮ ਹੈ, ਕਲੱਬਾਂ ਦੀ ਮੀਟਿੰਗ ਕਰਾਉਣੀ ਆ, ਔਰਤਾਂ ਦਾ ਮੁਜ਼ਾਹਰਾ ਕਰਨਾ ਹੈ, ਝੰਡੇ ਮਾਰਚ ਕਰਨੇ, ਉਹ ਕੰਮ ਤਾਂ ਰਹਿ ਜੂਗਾ। ਇਹਦੇ ਕਰਕੇ ਉਹਦੀ ਤਿਆਰੀ ਦੇ ਜਿਹੜੇ 5-4 ਦਿਨ ਰਹਿ ਗਏ 26 ਵਾਸਤੇ, ਉਹਦੇ 'ਚ ਅਸੀਂ ਉਸ ਤਿਆਰੀ ਨੂੰ ਹੋਰ ਪਰਿਪੱਕ ਕਰਨ ਦੀ ਖਾਤਰ ਅਸੀਂ ਅੱਜ ਬੁਲਾਈ ਹੈ ਇਹ ਵੱਡੀ ਮੀਟਿੰਗ। ਉਹਦੇ 'ਚ ਤਿੱਖਾ ਕਰਾਂਗੇ ਕੇਡਰ ਨੂੰ ਹੋਰ ਵੀ ਹੋਰ ਜ਼ੋਰ ਨਾਲ ਸਰਗਰਮੀ ਕਰਨ, ਅਤੇ ਇਹ ਇਕੱਠ ਮੱਠਾ ਨਾ ਪੈ ਜਾਵੇ, ਇੱਕ ਚੋਣਾਂ ਨੇ, ਇੱਕ ਗਰਮੀ ਬਹੁਤ ਜ਼ਿਆਦਾ ਹੈ, ਕੰਮ ਦੀ ਰੁੱਤ ਹੈ, ਅਤੇ ਇਹਦੀ ਤਿਆਰੀ ਨੂੰ ਪੱਕਾ ਹੋਰ ਜ਼ੋਰ ਨਾਲ ਤਿੱਖੀ ਕਰਨ ਦੀ ਖਾਤਰ ਅੱਜ ਇਹ ਮੀਟਿੰਗ ਰੱਖੀ। ਮੇਨ ਏਜੰਡਾ ਪਾਰਲੀਮੈਂਟ ਚੋਣਾਂ,
ਪਾਰਲੀਮੈਂਟ ਚੋਣਾਂ ਦੇ ਵਿੱਚ ਕੀ ਕਰ ਰਹੇ ਨੇ ਉਹ, ਕੌਣ ਨੇ, ਕਿਵੇਂ ਆ ਰਹੇ ਨੇ? ਜਿਵੇਂ ਅਸੀਂ ਪਹਿਲਾਂ ਏਜੰਡਾ ਲੈ ਕੇ ਗਏ ਹਾਂ, 17 ਤਰੀਕ ਦੀ ਪਹਿਲਾਂ ਇੱਥੇ ਔਰਤਾਂ ਦੀ ਮੀਟਿੰਗ ਕੀਤੀ ਹੈ। ਪਹਿਲਾਂ ਅਸੀਂ ਜ਼ਿਲ੍ਹਿਆਂ ਦੀਆਂ ਵੱਡੀਆਂ ਮੀਟਿੰਗਾਂ ਕੀਤੀਆਂ ਨੇ ਸਾਰੇ ਪੰਜਾਬ ਦੇ ਵਿੱਚ, ਤਕਰੀਬਨ ਹਰੇਕ ਜ਼ਿਲ੍ਹੇ ਦੀ ਮੀਟਿੰਗਾਂ ਅਸੀਂ ਕਰਾ ਕੇ ਆਏ ਹਾਂ ਕਿ ਅਸੀਂ ਪਾਰਲੀਮੈਂਟ ਚੋਣਾਂ ਨੂੰ ਕੀ ਸਮਝਦੇ ਹਾਂ, ਸਾਡੀਆਂ ਸਮੱਸਿਆਵਾਂ ਦੇ ਨਾਲ ਇਹਦਾ ਕੀ ਲੱਗਦਾ ਠੇਗਾ ਅਤੇ ਸਾਨੂੰ ਕੀ ਕਰਨਾ ਚਾਹੀਦਾ, ਉਹ ਸਾਰੀਆਂ ਗੱਲਾਂ ਅਸੀਂ ਲੈ ਕੇ ਜਾਂਦੇ ਹਾਂ ਅੱਜ ਵੀ ਇਹ ਲੱਗੇ।